देश विदेश दे विच बैठे सारे पंजाबी दोस्तों का मैं टकाटक प्रोग्राम विच स्वागत करदा। दोस्तों अज मौसम बड़ा वधिया है ते असी अज पहुँच चुके हैं चंडीगढ़ होटल हयात दे विच। दोस्तों अज इत्थे एक प्रेस कॉन्फ्रेंस बुलाई गई है जिथे थोड़ी मुलाकात पंजाबी इंडस्ट्री के दिग्गजा नाल करवाऊंगा, अदाकारा नाल करवाऊंगा ते एक खास जोड़ी नाल भी करवाऊंगा। वो जोड़ी जिसने पंजाबी इंडस्ट्री नूं एक देण दित्ते, एक रेवोल्यूशन लैके आए हैं जी। बिल्कुल हरभजन मान जी ते डायरेक्टर ने उन्हां दे नाल मनमोहन सिंह जी, इन्हां दी एक रीयूनियन हो रही है जी। काफ़ी देर दे बाद ये फिल्म इकट्ठे कर रहे ने। इन्हां दी फिल्म आई सी जी आया नूं, बहुत ही ब्लॉकबस्टर हिट गई सी। ते आओ इस जोड़ी दे उत्ते मार दे के चाट। साल 2002 विच आई ब्लॉकबस्टर फिल्म जी आया नूं राहीं पंजाबी फिल्म इंडस्ट्री विच नवीं जान फूकन वाली एक्टर डायरैक्टर की जोड़ी यानी कि हरभजन मान अते मनमोहन सिंह नूं भला कौन नहीं जानता। इस जोड़ी ने पंजाबी फिल्म इंडस्ट्री में एक नवा रेवोल्यूशन लिया। जी आया नू दिल अपना पंजाबी मिट्टी वाजा मार दी एक तो बाद एक लगातार पांच हिट फिल्मा पंजाबी सिनेमे की झोली विच पा के जिथे पंजाबी दर्शकों नू मुड़ सिनेमे नाल जोड़िया उत्थे नवे एक्टर प्रोड्यूसर लई भी राह खोली। हुण लंबी ब्रेक तो बाद एक बार फिर यह हिट जोड़ी पंजाबी दर्शकों का मनोरंजन करने आ रही है। दोस्तों तुसीं इह जोड़ी अपनी टीवी स्क्रीन पर देख ही ली होगी, टाइम भी बहुत ज़्यादा हो गया तो अंदर प्रेस कॉन्फ्रेंस भी शुरू हो चुकी है। क्यों ना जोड़ी नाल आपां गलबात अंदर जाके करिए ते होर भी काफ़ी फनकार ते कलाकार आए हुए हैं ते आओ आपां तुहानूं लै चलदे अंदर। आओ मीडिया वाले वीर सारे आदरयोग तुसी साडे सद्दे ते पहुंचे हो। मैं सराम फिल्म्स ते एचएम रैकेट्स दी तरफों तुहानू सब नूं जीआं नूं वेलकम खुश आमदीद कहना जी। तुहाडे नाल साडियां बहुत पुरानियां सांझां ने इस फिल्म इंडस्ट्री इस गायकी दे सफर दे दरम्यान जिथे इंडस्ट्री अगे वधी है उत्थे मीडिया भी डे बाय डे बहुत पावरफुल होया सी। हमेशा ਤੁਹਾਨੂੰ ਸ਼ੁਰੂ ਦੇ ਦਿਨਾਂ ਦੀ ਯਾਦ ਹੋਵੇ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਇੱਕ ਅੱਛੀ ਪੰਜਾਬੀ ਫਿਲਮ ਬਣਾ ਲੈਣੀ ਇਨਫ ਨਹੀਂ, ਲੇਕਿਨ ਨਾਲ ਦੇ ਨਾਲ ਇੱਕ ਅੱਛਾ ਮੀਡੀਆ ਹੋਣਾ, ਡਿਸਟ੍ਰੀਬਿਊਸ਼ਨ ਹੋਣੀ, ਮਾਰਕੀਟਿੰਗ ਹੋਣੀ, ਅੱਛੇ ਪ੍ਰੋਡਕਸ਼ਨ ਹਾਊਸਿਸ ਹੋਣੇ, ਜਦੋਂ ਇਹ ਸਾਰੇ ਹੋ ਜਾਣਗੇ ਤਾਂ ਫਿਰ ਪੰਜਾਬੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੰਡਸਟਰੀ ਬਣ ਜਾਏਗੀ। ਤੋ ਮੈਨੂੰ ਓਨੈਸਟਲੀ ਮੈਥੋਂ ਚਾਹ ਨਹੀਂ ਸਵਾਲੇ ਜਾਂਦਾ। ਮੈਂ ਬੜਾ ਅੱਜ ਖੁਸ਼ਨਸੀਬ ਹਾਂ ਕਿ ਇੱਕ ਵਾਰ ਫਿਰ ਉਹ ਸ਼ਖਸੀਅਤ ਜਿਨ੍ਹਾਂ ਦਾ ਮੇਰੇ ਕੈਰੀਅਰ ਦੇ ਵਿੱਚ ਬਹੁਤ ਵੱਡਾ ਹੱਥ ਰਿਹਾ, ਮੈਨੂੰ ਇੱਕ ਪੰਜਾਬ ਦੀ ਗਾਇਕੀ ਤੋਂ ਲੈ ਕੇ ਬਾਲੀਵੁੱਡ ਤੱਕ ਨੈਸ਼ਨਲ ਇੰਟਰਨੈਸ਼ਨਲ ਫੇਮ ਉਸ ਪਲੈਟਫਾਰਮਸ 'ਤੇ ਲੈ ਕੇ ਜਾਣ ਵਾਲੇ ਮਨਮੋਹਨ ਸਿੰਘ ਹੋਰੀ, ਜਿਨ੍ਹਾਂ ਨੇ ਪਹਿਲੀ ਇਕੱਲੀ ਵੀਡੀਓ ਨਹੀਂ ਬਣਾਈ ਸੀ ਗੱਲਾਂ ਗੋਰੀਆਂ ਦੀ, ਅਤੇ ਉਸ ਤੋਂ ਬਾਅਦ ਜਿਹੜਾ ਸਾਡਾ ਇਕੱਠਿਆਂ ਦਾ ਇੱਕ ਸੁਪਨਾ ਸੀ ਬੈਠੇ ਅਕਸਰ ਈਵਨ ਦੋ ਬੈਕ ਦੈਨ ਮਾਂਜੀ ਹੁਰੀ ਦਿਲ ਵਾਲੇ ਦੁਲਹਨੀਆਂ ਮੁਹੱਬਤੇ ਉਹਨਾਂ ਫਿਲਮਾਂ ਦੀ ਸਿਨੇਮਾਟੋਗ੍ਰਾਫੀ ਦੇ ਵਿੱਚ ਰੁੱਝੇ ਹੁੰਦੇ ਸੀ, ਪਰ ਗੱਲਬਾਤ ਦੇ ਦਰਮਿਆਨ ਹਮੇਸ਼ਾ ਮੈਂ ਇਹ ਮਹਿਸੂਸ ਕੀਤਾ ਕਿ ਮਾਂਜੀ ਦੇ ਦਿਲ ਦੇ ਵਿੱਚ ਪੰਜਾਬੀ ਸਿਨੇਮੇ ਲਈ, ਪੰਜਾਬੀ ਜ਼ੁਬਾਨ ਲਈ ਬਹੁਤ ਇੱਕ ਖਾਸ ਜਗ੍ਹਾ ਹੈ, ਇੱਕ ਦਰਦ ਵੀ ਹੈ। ਚੰਨ ਪਰਦੇਸੀ ਚਾਹੇ ਅੱਜ ਵੀ ਇੱਕ ਸਾਡੀ ਉਹ ਫਿਲਮ ਹੈ ਕਿ ਇੱਕ ਆਈਕੋਨਿਕ ਜਿਹਨੂੰ ਫਿਲਮ ਜਿਸ ਤਰ੍ਹਾਂ ਹਿੰਦੀ ਦੇ ਵਿੱਚ ਸ਼ੋਲੇ ਹੈ ਸਾਡੇ ਕੋਲ ਪੰਜਾਬੀਆਂ ਕੋਲ ਚੰਨ ਪਰਦੇਸੀ ਹੈ, ਉਸ ਤੋਂ ਬਾਅਦ ਚਾਹੇ ਨਸੀਬੋ ਜਾਂ ਨੌਂਗ ਦਾ ਲਿਸ਼ਕਾਰਾ, ਉਹ ਫਿਲਮਾਂ ਦੇ ਵਿੱਚ ਮਾਂਜੀ ਪੰਜਾਬੀ ਸਿਨੇਮੇ ਨਾਲ ਜੁੜੇ ਰਹੇ, ਪਰ ਇਹਨਾਂ ਨੂੰ ਇੱਕ ਦਿਲ 'ਚ ਸੀ ਕਿ ਯਾਰ ਇੱਕ ਅੱਛਾ ਪ੍ਰੋਡਕਸ਼ਨ ਹਾਊਸ, ਇੱਕ ਅੱਛੇ ਵੇ ਦੇ ਨਾਲ ਜਿਵੇਂ ਬਾਲੀਵੁੱਡ ਦੀਆਂ ਫਿਲਮਾਂ ਬਣਦੀਆਂ ਆਪਾਂ ਪੰਜਾਬੀ ਫਿਲਮ ਕਰੀਏ। ਲੱਕਲੀ ਉਸ ਟਾਈਮ ਟੀ ਸੀਰੀਜ਼ ਫਸਟ ਟਾਈਮ ਫੋਰ ਦਾ ਵੈਰੀ ਫਸਟ ਟਾਈਮ ਕੋਈ ਐਡਾ ਵੱਡਾ ਜਿਹੜਾ ਮਿਊਜ਼ਿਕ ਲੇਬਲ ਸੀ ਉਹ ਅਗਰੀ ਹੋਇਆ ਅਤੇ ਜੀ ਆਈ ਐਨ ਦੀ ਸ਼ੁਰੂਆਤ ਹੋਈ ਜੀ, ਐਂਡ ਰੈਸਟ ਇਜ਼ ਹਿਸਟਰੀ। ਮੈਨੂੰ ਅੱਜ ਯਾਦ ਆਉਂਦਾ ਕਿ ਫੋਰ ਦਾ ਵੈਰੀ ਫਸਟ ਟਾਈਮ ਜਦ ਜੀ ਐਨ ਦੀ ਅਸੀਂ ਅਨਾਊਂਸਮੈਂਟ ਕੀਤੀ ਸੀ ਉਹ ਮਾਊਂਟ ਵਿਊ ਦੇ ਵਿੱਚ ਰਾਤ ਦਾ ਡਿਨਰ ਸੀ ਪ੍ਰੈਸ ਦੇ ਨਾਲ, ਅਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਅਗੇਨ ਉਹੀ ਮੈਂ ਰੀਲਿਵ ਕਰ ਰਿਹਾ ਹੋਵਾਂ। ਐਂਡ ਨਾਓ ਮੈਂਡੀ ਤੱਕਰ ਹੈਜ਼ ਕਮ ਔਨ ਬੋਰਡ ਐਜ਼ ਵੈਲ, ਫਸਟ ਟਾਈਮ ਕੋਈ ਮੈਂਡੀ ਨਾਲ ਮੈਂ ਫਿਲਮ ਕਰ ਰਿਹਾ। ਤੋ ਮਾਂਜੀ ਮਾਈਸੈਲਫ ਸਾਡੇ ਪ੍ਰੋਡਿਊਸਰਸ ਕੁਕੀਪਾ ਉਰੀ ਵੀ ਆਰ ਵੈਰੀ ਐਕਸਾਈਟਡ, ਸਰਦੂਲ ਭਾਅ ਜੀ ਵੀ ਸਾਨੂੰ ਜੁਆਇਨ ਕਰ ਰਹੇ ਆ ਉਹ ਵੀ ਫਸਟ ਟਾਈਮ, ਅਤੇ ਮੈਂ ਤੁਹਾਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦਾ ਜੀ ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਛੋਟੇ ਜਿਹੇ ਸੱਦੇ 'ਤੇ ਆਏ ਹੋ, ਥੈਂਕ ਯੂ ਵੈਰੀ ਮੱਚ। ਸਾਡੇ ਇੱਥੇ ਪ੍ਰੈਸ ਵਾਲਿਆਂ ਨੇ ਸਾਨੂੰ ਇੱਕ ਵਾਰ ਜਦੋਂ ਅਸੀਂ ਸਾਰੇ ਬੈਠੇ ਸੀ ਤਾਂ ਪੁੱਛਿਆ ਸੀ, ਅਤੇ ਅਸੀਂ ਉਹਨਾਂ ਨੂੰ ਦੱਸਿਆ ਜੀ ਬਾਹਰ ਫਿਲਮ ਸ਼ੂਟ ਕਰਨ ਜਾ ਰਹੇ ਹਾਂ,
और फिल्म का बजट भी काफ़ी तगड़ा है, करोड़ों रुपए का, और सानू किसी प्रेस ने पूछा सी अच्छा थी किन्ने कबूतर छड़ गए होंगे बाहर। सो गल मैं कदे भुलता नहीं, और मैं उन्होंने यही जवाब दिता सी, मैं क्या चलो ये इस वेले तो मैं कुछ नहीं दस सकता, लेकिन टाइम दसेगा कि असी कबूतर छड़न जा रहे हैं या साडा एक असी मिशन लैके चले हैं पंजाबी सिनेमे नूं, साडा सिनेमा खड़ा होना चाहिए। सो इन्ने सालों बाद हौली हौली अज पंजाबी सिनेमा जिथे पहुँचा है, मेरा ख्याल है बॉलीवुड भी इहदी कदर करता है। इस फिल्म बारे थोड़ा मैं जे गल करा, विशा जिहड़ा है तुसीं जरूर जानना चाहोगे कि किस विशे ते फिल्म बना रहे हैं, क्योंकि हमेशा कोई ना कोई वड्डी गल करते हैं जदों भी असीं फिल्म बनाई है। उस वाना सी जदों असीं जिहड़े बाहर साडे बैठे है उन्हां नूं असीं इनवाइट कर रहे सी कि नहीं असीं लोकी, क्योंकि बाहर जाने शुरू हो गए सी, और असीं एक कोशिश कहन दी कीती कि नहीं पंजाब भी खूबसूरत जगह है, इत्थे भी तुसीं आके रहो, बाहरले भी आओ, और जिहड़े बाहर जा रहे हो थोड़ा सोच के जाओ कि बाहर की करन जा रहे हो, क्यों जा रहे हो। और हौली 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 ये जिहड़ा समां बदलता गया, जिवें मैं कहा सी उस वेले जी एन यू दा एक जिहड़ा सबजैक्ट है उहदा विशा जिहड़ा अलग सी, असी अज तक हमेशा ये कहते रहे, लेकिन अज जो स्थिति है पंजाब की, जो हालात अज ने, जो स्टूडेंट्स अज जिवें बाहर चले जा रहे हैं या जिहड़े रह गए ने वो की कर रहे हैं, उन्हां कोल जॉब्स नहीं है, नशियां का एक माहौल जिहड़ा है पंजाब च बन रहा, शायद इसे करके बन रहा है। पहला सिर्फ मुंडे जाने शुरू हुए, लेकिन उस तो बाद हौली हौली देखा कि लड़कियां भी बाहर जानिया शुरू हो गई, उन्हां नाल एक अलग समस्या शुरू हुई। सो ये जिहड़ा विशा है अज का चुनिया हुआ जिहड़ा, इहदे बारे असी बहुत सारी गल करांगे इस फिल्म दे विच, मैं पूरी डिटेल नाल अजे नहीं दसांगा, लेकिन अज दा पंजाब जो है जिस हालात विचों गुजर रहा है इहदे अंदर जाण दी कोशिश करांगे, और स्पेशली जिहड़े यूथ जिहड़े बाहर जा रहे ने और कामयाब भी हो रहे ने। असीं हमेशा कहा पंजाब वधिया, लेकिन अज शायद इस तरह लगन लग पिया जिथे भी गल करते हैं कि जिहड़े मुंडे शायद बाहर चले गए ने वो शायद भी ठीक ने, क्योंकि मोस्टली उन्होंने जो कामयाब होए ने। सो सानू ये सोचना पेगा कि अज असीं कित्थे खड़े हैं, पंजाब साडे कित्थे खड़ा है। सो इस दे आले दुआले ये फिल्म जिहड़ी है असी इहनूं दिखावांगे। मैं तुहानूं सारिआं वल्लों कमला मंजी जी आयां नूं बहुत मेहरबानी तुसीं दुआरा साडा प्यार सानूं देणा है जिहड़ा साडा हक बणदा सी तुहाडे ते आशीर्वाद देण वास्ते आए। और मैं दावे नाल कह सकदा मांझी ने जिहड़ियां फिल्मां उदों बणातीआं जी आयां नूं असानूं माण बणना दा एक चीज़ असीं कदी सोच के देखी है कि उदों सिर्फ सिंगल स्क्रीन सिनेमा हुंदा सी, ਉਦੋਂ ਕਰੋੜ ਰੁਪਈਆ ਇਕੱਠਾ ਕਰਨਾ ਇੱਕ ਫਿਲਮ ਵਾਸਤੇ ਬਹੁਤ ਵੱਡਾ ਟਾਸਕ ਹੁੰਦਾ ਸੀ, ਜਦੋਂ ਵੱਡੀ ਤੋਂ ਵੱਡੀ ਟਿਕਟ 20 ਰੁਪਏ ਦੀ ਆ ਜਾਂਦੀ ਹੁੰਦੀ ਸੀ, ਕੋਈ ਬਹੁਤ ਵਿਰਲੀ ਟਿਕਟ ਹੁੰਦੀ ਸੀ ਉੱਪਰ ਵਾਲੀ, ਕਹਿੰਦੇ ਸੀ ਕੋਈ ਪਤਾ ਨਹੀਂ 25-30 ਰੁਪਏ ਤੋਂ ਵੱਡੀ ਟਿਕਟ ਹੀ ਨਹੀਂ ਸੀ ਉਦੋਂ ਹੁੰਦੀ, ਉਦੋਂ ਕਰੋੜ ਰੁਪਈਆ ਇਕੱਠਾ ਕਰਨਾ ਬਹੁਤ ਵੱਡੀ ਗੱਲ ਸੀ। ਉਸ ਤੋਂ ਬਾਅਦ ਤਾਂ ਹੁਣ ਮਲਟੀਪਲੈਕਸ ਆ ਗਏ, ਇੱਕ ਸ਼ਹਿਰ ਦੇ ਵਿੱਚ 4-4 ਸਿਨੇਮੇ, ਉਹਦੇ 6-6 ਸਕਰੀਨਾਂ ਆ ਗਈਆਂ, ਅੱਜ ਸੈਂਕੜੇ ਸਕਰੀਨਾਂ 'ਤੇ ਇੱਕ ਟਾਈਮ 'ਤੇ ਤੁਹਾਡੀ ਫਿਲਮ ਲੱਗ ਰਹੀ ਹੈ, 1400 ਸਕਰੀਨ 'ਤੇ ਤੁਹਾਡੀ ਅੱਜ ਪੰਜਾਬੀ ਫਿਲਮ ਲੱਗ ਰਹੀ ਹੈ। ਉਦੋਂ ਜਦੋਂ ਸਿਰਫ ਵੱਡੇ ਸ਼ਹਿਰਾਂ ਦੇ ਸਿਨੇਮਿਆਂ ਦੇ ਵਿੱਚ ਤੁਹਾਨੂੰ ਫਿਲਮਾਂ ਲੱਗ ਕੇ 20-25 ਪ੍ਰਿੰਟ ਤੋਂ ਬਾਅਦ ਫਿਲਮਾਂ ਨਹੀਂ ਸੀ ਲੱਗ ਰਹੀਆਂ, ਔਰ ਤੁਹਾਨੂੰ ਟਿਕਟ 20-25 ਰੁਪਏ, ਉਦੋਂ ਕਰੋੜ ਰੁਪਏ ਇਕੱਠਾ ਕਰਨਾ, ਮੈਂ ਦਾਅਵੇ ਨਾਲ ਕਹਿੰਦਾ ਜੇ ਅੱਜ ਦੇ ਜੋ ਇੰਫਰਾਸਟਰਕਚਰ ਹੈ ਸਿਨੇਮੇ ਦਾ, ਜੇ ਅੱਜ ਜੀ ਆਇਆਂ ਨੂੰ ਰਿਲੀਜ਼ ਹੋਈ ਹੁੰਦੀ 100 ਕਰੋੜ ਰੁਪਏ ਦੀ ਕਲੈਕਸ਼ਨ ਹੁੰਦੀ ਉਸ ਫਿਲਮ ਦੀ। ਸੋ ਮਾਨਜੀ ਉਦੋਂ ਤੁਹਾਡਾ ਇਕੱਠਾ ਕੀਤਾ 1 ਕਰੋੜ, ਅੱਜ ਸਿਨੇਮੇ ਨੂੰ 100 ਕਰੋੜ ਇਕੱਠਾ ਕਰਕੇ ਦੇ ਰਿਹਾ, ਤੁਹਾਡੀ ਛੋਟੀ ਜਿਹੀ ਇਨਵੈਸਟਮੈਂਟ ਅੱਜ ਅਰਬਾਂ ਰੁਪਏ ਦੀ ਹੋ ਗਈ ਹੈ ਪੰਜਾਬੀ ਸਿਨੇਮੇ ਵਾਸਤੇ। ਆਲ ਥੈਂਕਸ ਟੂ ਦੋਸਤੋ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਨਫਰੰਸ ਤੋਂ ਬਾਅਦ ਤੁਹਾਡੀ ਮੁਲਾਕਾਤ ਕਾਫੀ ਫਨਕਾਰਾਂ ਨਾਲ, ਅਦਾਕਾਰਾਂ ਨਾਲ ਕਰਵਾਵਾਂਗਾ ਜੀ। ਬਿਲਕੁਲ ਮੇਰੇ ਨਾਲ ਜੁੜ ਚੁੱਕੇ ਨੇ ਸੁਰਾਂ ਦੇ ਬਾਦਸ਼ਾਹ, ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆਏ ਹਾਂ, ਮੈਂ ਦੇਖਦਾ ਆਇਆ ਜੀ, ਮਤਲਬ ਜਦੋਂ ਗਾਣਾ ਇਹਨਾਂ ਦਾ ਆਉਂਦਾ ਸੀ ਕਿ ਦਿਲ ਖੁਸ਼ ਹੋ ਜਾਂਦਾ ਸੀ। ਬਿਲਕੁਲ ਮੇਰੇ ਨਾਲ ਨੇ ਸਰਦੂਲ ਸਿਕੰਦਰ ਜੀ। ਸਿਕੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਜਿੰਨੇ ਵੀ ਵਿਊਜ਼ ਨੇ ਦੇਖਣ ਵਾਲਿਆਂ ਨੂੰ ਮੇਰੀਆਂ ਦੁਆਵਾਂ, ਮੇਰੀ ਸਤਿ ਸ਼੍ਰੀ ਅਕਾਲ, ਮੇਰਾ ਆਦਾਬ, ਮੇਰਾ ਪ੍ਰਣਾਮ। ਸਿਕੰਦਰ ਜੀ, ਮੈਨੂੰ ਪਤਾ ਤੁਹਾਡੇ ਕੋਲ ਟਾਈਮ ਬੜਾ ਸ਼ੋਰਟ ਹੈ ਜੀ, ਇਹ ਜਿਹੜੀ ਜੋੜੀ ਹੈ
ਮਨਮੋਹਨ ਸਿੰਘ ਜੀ ਹਰਭਜਨ ਸਿੰਘ ਹਰਭਜਨ ਮਾਨ ਦੀ 10 ਸਾਲ ਬਾਅਦ ਆ ਰਹੀ ਹੈ, ਇਹ ਜੋੜੀ ਬਾਰੇ ਕੀ ਕਹਿਣਾ ਚਾਹੁੰਦੇ? ਇਹ ਜੋੜੀ ਬਾਰੇ ਮੈਂ ਕੀ ਕਹਿਣਾ, ਜੋੜੀ ਬਾਰੇ ਦੁਨੀਆ ਕਹਿੰਦੀ ਹੈ ਵੀ ਜਦੋਂ ਇਹ ਆਏ ਇਕੱਠੇ, ਇਹਨਾਂ ਨੇ ਕੁਛ ਐਸਾ ਅਲੱਗ ਕੀਤਾ ਔਰ ਐਸਾ ਉਮਦਾ ਕੀਤਾ। ਕਹਿਣ ਨੂੰ ਤਾਂ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਫਿਲਮਾਂ ਬਣਦੀਆਂ ਨੇ, ਬਣਦੀਆਂ ਔਰ ਚੱਲਦੀਆਂ ਵੀ ਨੇ ਔਰ ਚੱਲਣੀਆਂ ਵੀ ਚਾਹੀਦੀਆਂ ਨੇ। ਸਾਡੀ ਲੈਂਗੁਏਜ ਹੈ, ਸਾਡੀ ਮਦਰ ਟੰਗ ਹੈ, ਸਾਡੀ ਹੋਣੀ ਚਾਹੀਦੀ ਹੈ ਲੈਂਗੁਏਜ, ਫਿਲਮਾਂ ਚੱਲਣੀਆਂ ਚਾਹੀਦੀਆਂ। ਪਰ ਇੱਕ ਫਿਲਮ ਚੱਲਦੀ ਹੈ ਜਿਹਦੇ ਵਿੱਚ ਤੁਸੀਂ ਕੁਛ ਐਸਾ ਦਿੰਦੇ ਹੋ ਜਿਹੜਾ ਯਾਦ ਨਹੀਂ ਰਹਿੰਦਾ। ਅੱਜ ਜੀਆਂ ਨੂੰ ਯਾਦ ਕਰੋ, ਅੱਜ ਅਸਾਂ ਨੂੰ ਮਾਣ ਵਤਨਾਂ 'ਤੇ ਯਾਦ ਕਰੋ। ਮੈਂ ਉਹਦੇ ਵਿੱਚ ਨਹੀਂ ਸੀ, ਇਹਦਾ ਕੀ ਮਤਲਬ ਹੈ? ਜੇ ਮੈਂ ਹੋਵਾਂਗਾ ਤਾਂ ਹੀ ਚੰਗੀ ਹੈ, ਜਿਹੜੀ ਕਿ ਚੰਗੀ ਹੈ ਉਹ ਤਾਂ ਆਲਵੇਜ਼ ਚੰਗੀ ਹੈ, ਐਨੀਵੇਅਰ ਚੰਗੀ ਹੈ। ਔਰ ਉਹ ਮੈਂ ਕਿੰਨੀ ਕੁ ਵਾਰ ਦੇਖੀ ਜੀਆਂ ਨੂੰ, ਕਿੰਨੀ ਕੁ ਵਾਰ ਦੇਖੀ ਅਸਾਂ ਨੂੰ ਮਾਣ ਵਤਨਾਂ 'ਤੇ, ਕਿਉਂਕਿ ਉਹਦੇ ਵਿੱਚ ਆਪਣਾਪਣ ਬਹੁਤ ਹੈ। ਅਦਰਵਾਈਜ਼ ਜਿਹੜੀ ਆਪਾਂ ਸਟੋਰੀਜ਼ ਕਰਦੇ ਹਾਂ, ਕਮਰਸ਼ੀਅਲ ਕਰਦੇ ਹਾਂ, ਲੋਕਾਂ ਨੂੰ ਮੱਦੇਨਜ਼ਰ ਰੱਖ ਕੇ ਕਰਦੇ ਹਾਂ, ਪਰ ਮੇਰਾ ਖਿਆਲ ਹੈ ਇਹ ਪੰਜਾਬੀਅਤ ਨੂੰ ਮੱਦੇਨਜ਼ਰ ਰੱਖ ਕੇ ਕਰਦੇ, ਲੋਕ ਉਹਨਾਂ ਦੇ ਨਾਲ ਹੋ ਜਾਣ। ਫਿਲਮ ਦੇ ਨਿਰਮਾਤਾ, ਫਿਲਮ ਦੇ ਡਾਇਰੈਕਟਰ ਜੁੜ ਚੁੱਕੇ ਨੇ ਜੀ ਮਨਮੋਹਨ ਸਿੰਘ ਜੀ, ਜਿਨ੍ਹਾਂ ਦੀ ਮੈਂ ਕੀ ਮਿਸਾਲ ਦੇਵਾਂ, ਜਿਨ੍ਹਾਂ ਨੂੰ ਜੇ ਪੰਜਾਬੀ ਬੋਲੀਵੁੱਡ ਦਾ ਜਨਮਦਾਤਾ ਕਹਿ ਦਈਏ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਬਾਰਿਸ਼ ਹਲਕੀ ਹਲਕੀ ਪੈ ਰਹੀ ਹੈ ਜੀ, ਮਨ ਜੀ ਫਿਰ ਵੀ ਸਾਡੇ ਨਾਲ ਨੇ, ਮਨ ਜੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਬਹੁਤ ਖੁਸ਼ੀ ਹੈ ਜੀ ਤੁਹਾਡੇ ਨਾਲ ਗੱਲ ਕਰਕੇ। ਮਨ ਜੀ, ਇੱਕ ਜੋੜੀ 10 ਸਾਲ ਬਾਅਦ ਦੁਬਾਰਾ ਆ ਰਹੀ ਹੈ, 5 ਸਾਲ, ਹਾਂ 10 ਸਾਲ, 10 ਸਾਲ ਬਾਅਦ ਦੁਬਾਰਾ ਆ ਰਹੀ ਹੈ ਜੀ। ਅਤੇ ਇੱਕ ਤੁਸੀਂ ਬੋਲੀਵੁੱਡ ਇੰਡਸਟਰੀ ਨੂੰ ਇੱਕ ਹੁੰਗਾਰਾ ਦਿੱਤਾ ਸੀ 10 ਸਾਲ ਪਹਿਲਾਂ, ਕਿ ਅਸੀਂ ਬੜੇ ਛੋਟੇ ਸੀਗੇ, ਅਸੀਂ ਫਿਲਮ ਦੇਖੀ ਸੀ ਜੀ ਆਇਆਂ ਨੂੰ, ਪਰ ਸਾਰਾ ਪਰਿਵਾਰ ਬੈਠ ਕੇ ਦੇਖ ਰਿਹਾ ਸੀ, ਅਤੇ 10 ਸਾਲ ਬਾਅਦ ਕਿਹੜਾ ਪਟਾਰਾ ਖੁੱਲ੍ਹਣ ਜਾ ਰਿਹਾ? ਦੇਖੋ, ਉਹ 10 ਸਾਲ 15 ਸਾਲ ਪਹਿਲਾਂ ਜਿਹੜੇ ਅਸੀਂ ਫਿਲਮਾਂ ਬਣਾਈਆਂ ਹਰਭਜਨ ਦੇ ਨਾਲ, 5 ਫਿਲਮਾਂ ਮੈਂ ਲਗਾਤਾਰ ਉਹਦੇ ਨਾਲ ਬਣਾਈਆਂ ਔਰ ਬੜੀਆਂ ਕਾਮਯਾਬ ਫਿਲਮਾਂ ਸੀ, ਅਤੇ ਉਸ ਵੇਲੇ ਫਿਰ ਸਾਨੂੰ ਦੋਨਾਂ ਨੂੰ ਲੱਗਣ ਲੱਗਾ ਕਿ ਕੋਈ ਥੋੜ੍ਹੀ ਚੇਂਜ ਚਾਹੀਦੀ ਹੈ, ਕਿਉਂਕਿ ਹਮੇਸ਼ਾ ਇੰਨੇ ਲੰਬਾ ਅਰਸਾ ਕੰਮ ਕਰਨ ਤੋਂ ਬਾਅਦ ਫਿਰ ਐਨ ਇਸ ਤਰ੍ਹਾਂ ਲੱਗਣ ਲੱਗ ਪਏ ਅਸੀਂ ਰਿਪੀਟ ਕਰ ਰਹੇ ਹਾਂ ਸਾਡੇ ਸਬਜੈਕਟ ਨੂੰ ਜਾਂ ਕੈਰੇਕਟਰਸ ਨੂੰ। ਸੋ ਉਹਨੇ ਵੀ ਆਪਣਾ ਕੁਛ ਡਿਫਰੈਂਟ ਕਰਨਾ ਚਾਹਿਆ, ਤੋ ਮੇਰੇ ਮਨ 'ਚ ਕੁਛ ਵਿਸ਼ੇ ਸੀ, ਮੈਂ ਵੀ ਆਪਣੇ ਡਿਫਰੈਂਟ ਕਰਨੇ ਚਾਹੇ। ਸੋ ਇਸ ਕਰਕੇ ਕੁਛ ਸਾਲ ਅਸੀਂ 5-7 ਸਾਲ ਇਕੱਠੇ ਕੰਮ ਨਹੀਂ ਕੀਤਾ, ਲੇਕਿਨ ਹੁਣ ਫਿਰ ਅਸੀਂ ਵਾਪਸ ਫਿਲਮ ਬਣਾਉਣ ਤਿਆਰ ਹਾਂ। ਮਨ ਜੀ, ਜਿੱਦਾਂ ਤੁਸੀਂ ਹਿੰਦੀ ਫਿਲਮਾਂ ਦੇ ਬਾਦਸ਼ਾਹ ਰਹੇ ਹੋ, ਦਿਲਵਾਲੇ ਦੁਲਹਨੀਆ ਲੈ ਜਾਏਂਗੇ, ਬੇਤਾਬ, ਕਾਫੀ ਮੈਂ ਤੁਹਾਡਾ ਵਿਕੀਪੀਡੀਆ 'ਤੇ ਦੇਖਿਆ, ਬੜਾ ਅੱਛਾ ਹੋਇਆ, ਦਿਲ ਨੂੰ ਕੀ ਖੁਸ਼ੀ ਮਿਲੀ। ਹਰਭਜਨ ਮਾਨ ਜੀ, 10 ਸਾਲ ਪਹਿਲਾਂ ਜੀ ਆਇਆਂ ਨੂੰ ਦੇ ਵਿੱਚ ਤੁਹਾਡੇ ਨਾਲ ਕਿੱਦਾਂ ਅਟੈਚਮੈਂਟ ਹੋਈ, ਉਹ ਕਿੱਧਰ ਦਾ ਕਿੱਦਾਂ ਮਿੱਤਰਤਾ ਪੈਦਾ ਹੋਈ, ਉਹਦੇ ਬਾਰੇ ਥੋੜ੍ਹਾ ਜਾਣਨਾ ਚਾਹੁੰਦਾ? ਹਰਭਜਨ ਨਾਲ ਜੀ ਆਇਆਂ ਤੋਂ ਪਹਿਲਾਂ ਤੋਂ ਕਾਫੀ ਮੇਰੀ ਜਾਣ ਪਛਾਣ ਹੈ। ਇੱਕ ਤਾਂ ਜਿਹੜੇ ਵੀਡੀਓਜ਼ ਪਹਿਲਾਂ ਹਰਭਜਨ ਮਾਨ ਨੇ ਬਣਾਏ, ਜਿਵੇਂ ਗੱਲਾਂ ਗੋਰੀਆਂ ਦੇ ਵਿੱਚ ਟੋਏ ਜੀ, ਉਸ ਵੇਲੇ ਦੀ ਗੱਲ ਕਰਦਾ ਮੈਂ, ਉਦੋਂ ਬਹੁਤ ਸਾਰੇ ਜਿੰਨੇ ਵੀਡੀਓ ਸੀ ਉਹ ਹਰਭਜਨ ਨੋਹਰਾ ਨਾਲ ਮੈਂ ਰਲ ਕੇ ਬਣਾਏ ਸੀਗੇ ਜੀ। ਸੋ ਮੈਂ ਕਿਉਂਕਿ ਬੰਬੇ ਸੀ, ਇਸਟੈਬਲਿਸ਼ ਸੀ ਉਸ ਵੇਲੇ, ਅਤੇ ਇਹ ਜਦੋਂ ਇੱਥੋਂ ਹਰਭਜਨ ਹੋਰੀ ਗਏ ਇੱਥੋਂ, ਅਤੇ ਉਹਨਾਂ ਨਾਲ ਮੈਂ ਜਿਹੜੇ ਮੇਰੇ ਉੱਥੋਂ ਦੇ ਟੈਕਨੀਸ਼ੀਅਨਸ ਨੇ, ਜੋ ਅੱਛੇ ਕੋਰੀਓਗ੍ਰਾਫਰਸ ਨੇ, ਉਹਨਾਂ ਸਾਰਿਆਂ ਨੇ ਮਿਲ ਕੇ ਅਸੀਂ ਕੋਸ਼ਿਸ਼ ਕੀਤੀ ਕਿ ਅੱਛੇ ਵੀਡੀਓਜ਼ ਬਣਾਈਏ। ਸੋ ਅੱਜ ਵੀ ਤੁਸੀਂ ਦੇਖੋਗੇ ਤਾਂ ਉਹ ਵੀਡੀਓ ਦਾ ਬੜਾ ਲੈਵਲ ਸੀ। ਮੈਂ ਗੱਲ ਕਰਨਾ ਚਾਹੁੰਦਾ ਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਬੋਲੀਵੁੱਡ ਇੰਡਸਟਰੀ ਨੂੰ ਲੈ ਕੇ, ਉਹ ਬੜਾ ਕਾਮੇਡੀ ਦਾ ਦੌਰ ਚੱਲ ਰਿਹਾ, ਉਹ ਤੁਸੀਂ ਸੰਜੀਦਾ ਫਿਲਮ ਬਣਾਓਗੇ, ਉਹ ਕੋਈ ਹੋਏਗਾ ਉਹਦੇ ਵਿੱਚ ਕੁਛ ਨਾ ਕੁਛ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜਿੰਨੀਆਂ ਵੀ ਫਿਲਮਾਂ ਬਣਾਈਆਂ ਨੇ ਕੰਪਲੀਟਲੀ ਉਹਨਾਂ 'ਚ ਫੁੱਲ ਪੈਕੇਜ ਹੁੰਦਾ। ਕਦੇ ਸੈਡ ਫਿਲਮ ਨਹੀਂ ਬਣਾਈ ਮੈਂ, ਪੋਜ਼ਿਟਿਵ ਫਿਲਮਾਂ ਜ਼ਿਆਦਾ ਬਣਾਈਆਂ ਨੇ ਮੈਂ, ਹਮੇਸ਼ਾ ਪੋਜ਼ਿਟਿਵ ਗੱਲ ਕੀਤੀ ਹੈ ਔਰ ਇਹਦੇ 'ਚ ਵੀ ਪੋਜ਼ਿਟਿਵ ਗੱਲ ਹੀ ਕਰਾਂਗੇ। ਦੇਖੋ ਕਿ ਉਹ ਜਿਹੜੀ, ਲੇਕਿਨ ਇਹ ਸਮੱਸਿਆ ਦੀ ਜਿਵੇਂ ਗੱਲ ਕੀਤੀ ਹੈ ਨਾ ਕਿ ਸਾਡੇ ਕੋਲ ਜਵਾਬ ਨਹੀਂ ਹੈ ਯੂਥ ਅੱਗੇ ਕਿ ਕੀ ਕਰੀਏ, ਲੇਕਿਨ ਅਸੀਂ ਇਹ ਜ਼ਰੂਰ ਕੁਛ ਨਾ ਕੁਛ ਕਹਿਣਾ ਚਾਹਾਂਗੇ, ਜੇ ਤੁਹਾਡੇ 'ਚ ਕਿਤੇ ਕੋਈ ਫਾਲਟ ਹੈ ਉਹਨੂੰ ਜ਼ਰੂਰ ਅਸੀਂ ਕਿਤੇ ਅੰਡਰਲਾਈਨ ਕਰਨਾ ਚਾਹਾਂਗੇ, ਤਾਂ ਕਿ ਤੁਸੀਂ ਕੋਈ ਅੱਗੇ ਆਪਣੀ ਜ਼ਿੰਦਗੀ 'ਚ ਗਲਤੀਆਂ ਨਾ ਕਰੋ। ਹੋਰ ਤੁਹਾਡੀ ਆਉਣ ਵਾਲੀ ਫਿਲਮ ਉੱਦਾਂ ਹੀ ਜੀ ਆਇਆਂ ਨੂੰ ਵਾਂਗ ਹਿੱਟ ਹੋਵੇ ਅਤੇ ਸਾਨੂੰ ਇੱਕ ਨਵੀਂ ਤਰਜੀਹ ਮਿਲੇ। ਥੈਂਕ ਯੂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਮਨਦੀਪ ਕੌਰ ਤੱਖਰ ਕਹਾਂ ਜਾਂ ਮੈਂਡੀ ਠੱਕਰ ਕਹਾਂ? ਪਤਾ ਕੀ ਹੈ, ਹੁਣ ਮੈਂਡੀ ਤੱਖਰ ਐਕਚੁਲੀ ਮੂੰਹ ਚੜ ਗਿਆ ਸਾਰਿਆਂ ਦੇ। ਜੇ ਮੈਂ ਹੁਣੇ ਆਪਣਾ ਕਰੀਅਰ ਸ਼ੁਰੂ ਕਰਦੀ ਤਾਂ ਮੈਂ ਮਨਦੀਪ ਕੌਰ ਤੱਖਰ ਹੀ ਰੱਖਦੀ, ਬਟ ਆਈ ਥਿੰਕ ਨਾ ਮੈਂਡੀ ਮੇਰਾ ਨਿਕਨੇਮ ਹੈ, ਹੁਣ ਸਾਰੇ ਮੈਂਡੀ ਹੀ ਬੁਲਾਉਂਦੇ। ਮੈਂਡੀ, ਜਿਵੇਂ ਮੈਂ ਤੁਹਾਨੂੰ ਦੇਖਿਆ, ਬਹੁਤ ਖੂਬਸੂਰਤ ਹੋ, ਬਹੁਤ ਚਾਰਮਿੰਗ ਹੋ, ਹਰ ਕਿਸੇ ਦਾ ਤੁਹਾਡੇ 'ਤੇ ਦਿਲ ਆ ਸਕਦਾ ਹੈ ਨਾ, ਪਰ ਕੋਈ ਪ੍ਰਪੋਜ਼ ਕਰਨ ਤੋਂ ਪਹਿਲਾਂ ਕਿਸੇ ਨੂੰ ਇਹ ਨਹੀਂ ਪਤਾ ਕਿ ਮੈਂਡੀ ਮਾਰਸ਼ਲ ਆਰਟ ਦੀ ਵੀ ਭਾਈ ਚੈਂਪੀਅਨ ਹੈਗੀ? ਇੰਨੀ ਵੀ ਨਹੀਂ ਹੈਗੀ, ਪਰ ਮੋਟੀਵੇਸ਼ਨ ਕਿੱਦਾਂ ਹੋਈ? ਜਸਟ ਮੈਨੂੰ ਲਾਈਕ ਵਧੀਆ ਲੱਗਦਾ ਸੀ ਸਪੋਰਟਸ ਕਰਨਾ ਜਦੋਂ ਛੋਟੀ ਹੁੰਦੀ ਸੀ, ਸੋ
ਤੁਸੀਂ ਮੈਂ ਇਹ ਵੀ ਸੁਣਿਆ ਕਿ ਤੁਸੀਂ ਇੱਕ ਰਗਬੀ ਟੀਮ ਦੇ ਵਿੱਚ ਸਿਰਫ ਇਕਲੌਤੇ ਲੜਕੀ ਹੋ ਲੜਕੀ ਸੀ ਹੈ ਅਤੇ ਇੰਨਾ ਜਜ਼ਬਾ ਜਨੂਨ ਇਹ ਕਿੱਥੋਂ ਆਇਆ? ਬਸ ਸਕੂਲ ਦੇ ਟਾਈਮ ਵਿੱਚ ਇੱਕ ਚੂਜ਼ ਕਰਨਾ ਸੀ ਸਬਜੈਕਟ ਉਹ ਫਿਜ਼ੀਕਲ ਐਕਟੀਵਿਟੀ ਵਿੱਚ ਤਾਂ ਮੈਨੂੰ ਰਗਬੀ ਵਧੀਆ ਲੱਗਿਆ ਅਤੇ ਇੱਕੋ ਦਮ ਇੱਧਰ ਇੰਡਸਟਰੀ ਦੇ ਵਿੱਚ ਕਿੱਦਾਂ ਸਬੱਬ ਬਣਿਆ? ਆਈ ਥਿੰਕ ਸੀ ਐਕਟਿੰਗ ਬਾਰੇ ਮੈਂ ਕਾਫੀ ਪੈਸ਼ਨੇਟ ਸੀਗੀ ਬਚਪਨ ਤੋਂ ਹੀ ਆਈ ਥਿੰਕ ਇੱਕ ਕਲਾਕਾਰ ਬਚਪਨ ਤੋਂ ਹੀ ਪੈਸ਼ਨੇਟ ਹੁੰਦਾ ਹੈ ਯੂ ਨੋ ਇਸ ਵੱਲੋਂ ਦਾ ਬੇਸ਼ੱਕ ਉਹ ਸਿੰਗਿੰਗ ਹੋਵੇ ਜਾਂ ਐਕਟਿੰਗ ਹੋਵੇ ਜਾਂ ਕੁਛ ਵੀ ਪੇਂਟਿੰਗ ਹੋਵੇ ਇਹ ਕੁਛ ਹੁੰਦਾ ਹੈ ਅੰਦਰ ਤੁਹਾਡੇ ਕਿ ਆਹੀ ਮੈਂ ਕਰਨਾ ਹੈ ਕਿਉਂ ਹੁੰਦਾ ਉਹ ਕੋਈ ਕਦੇ ਕਹਿ ਨਹੀਂ ਸਕਦਾ ਅਸੀਂ ਸੋਚ ਸਕਦੇ ਹਾਂ ਕਿ ਇਸ ਕਰਕੇ ਮੈਂ ਬਣਨਾ ਚਾਹੁੰਦਾ ਸੀ ਜਾਂ ਇਸ ਕਰਕੇ ਬਣਨਾ ਚਾਹੁੰਦਾ ਸੀ ਬਟ ਯੂਜਲੀ ਇਹ ਤੁਹਾਡੇ ਬਸ ਇੱਕ ਤੁਹਾਡੀ ਰੂਹ ਵਿੱਚ ਹੁੰਦਾ ਕਿ ਮੈਂ ਆਹੀ ਕਰਨਾ ਹੈ ਐਂਡ ਹੋ ਜਾਂਦਾ ਹੈ। ਮਾਨ ਸਾਹਿਬ ਸਵਾਲ ਇਹ ਆ ਤੁਹਾਡੀ ਜਿਹੜੀ ਜੋੜੀ ਆ ਮਨ ਅਤੇ ਮਾਨ ਦੀ ਜੀ 10 ਸਾਲ ਬਾਅਦ ਆਈ ਆ ਔਰ ਉਹ ਜੋੜੀ ਜਿਹੜੀ ਜੀ ਆਇਆਂ ਨੂੰ ਫਿਲਮ ਬਲੋਕਬਸਟਰ ਅਸੀਂ ਤਾਂ ਬੱਚੇ ਸੀਗੇ ਜਦੋਂ ਦੇਖੀ ਸਾਰੇ ਪਰਿਵਾਰ ਨਾਲ ਬੜਾ ਮਜ਼ਾ ਆਇਆ 10 ਸਾਲ ਬਾਅਦ ਜੋੜੀ ਆਈ ਆ ਅਤੇ ਅਟੈਚਮੈਂਟ ਕਿੱਦਾਂ ਹੋਈ ਪਹਿਲਾਂ ਇਹ ਜੋੜੀ ਦੀ? ਮਨਜੀ ਹੁਰੀ ਬਹੁਤ ਬਹੁਤ ਹੀ ਇਸਟੈਬਲਿਸ਼ਡ ਇੱਕ ਬਾਲੀਵੁੱਡ ਦੇ ਵਿੱਚ ਕੈਮਰਾਮੈਨ ਸੀ ਜੀ। ਯਸ਼ਰਾਜ ਫਿਲਮਸ ਦੀਆਂ ਜਿੰਨੀਆਂ ਵੀ ਦਿਲ ਤੋਂ ਪਾਗਲ ਦਿਲ ਵਾਲੇ ਦੁਲਹਨੀਆਂ ਮੁਹੱਬਤਾਂ ਅਪਟਿਲ ਮੁਹੱਬਤਾਂ ਉਹਨਾਂ ਦੀਆਂ ਸਾਰੀਆਂ ਫਿਲਮਾਂ ਕੀਤੀਆਂ ਹੋਈਆਂ ਸੀ। ਉਸ ਵਕਤ ਮੇਰਾ ਗਾਣਾ ਸੀ ਗੱਲਾਂ ਗੋਰੀਆਂ, ਬਲਕਿ ਮੈਨੂੰ ਪੰਜਾਬੋਂ ਬਾਹਰ ਵੀ ਬਾਂਜੀ ਕਹਿੰਦੇ ਯਾਰ ਨਵੇਂ ਚੈਨਲਸ ਆਏ ਨੇ, ਅੱਜ ਕੱਲ੍ਹ ਵੀਡੀਓ ਦਾ ਜ਼ਮਾਨਾ ਆ ਗਿਆ ਕਿ ਤੇਰੀ ਵੀਡੀਓ ਚੱਲ ਸ਼ੂਟ ਕਰੀਏ ਉੱਥੇ। ਫਿਰ ਉਹ ਗੱਲਾਂ ਗੋਰੀਆਂ ਵੀਡੀਓ ਸ਼ੂਟ ਹੋਈ, ਉਸ ਤੋਂ ਬਾਅਦ ਉਸ ਦਰਮਿਆਨ ਜਦੋਂ ਬਹਿਣਾ ਉੱਠਣਾ ਅਤੇ ਮਨ 'ਚ ਹੋਣਾ ਯਾਰ ਕੋਈ ਪੰਜਾਬੀ ਫਿਲਮ ਕਿਉਂ ਨਹੀਂ ਬਣਾਉਂਦਾ ਅੱਛੀ ਜੋ ਉਸ ਕੈਨਵਸ ਉਸ ਤਰ੍ਹਾਂ ਦੀ ਮਾਰਕੀਟਿੰਗ ਕਰੇ ਉਹਨੂੰ ਪ੍ਰੋਡਿਊਸ ਕਰੇ। ਤੋ ਬਸ ਫਿਰ ਉੱਥੋਂ ਸ਼ੁਰੂ ਆ ਹੋਇਆ ਸਿਲਸਿਲਾ, ਮਨ ਜੀ ਕਹਿੰਦੇ ਕਿ ਚੱਲ ਆਪਾਂ ਕਰਦੇ ਹਾਂ। ਫਿਰ 5 ਫਿਲਮਾਂ ਬੈਕ ਟੂ ਬੈਕ ਜਿਹੜੀਆਂ ਆਈਆਂ ਜੀ, ਮੇਰਾ ਪਿੰਡ ਮਾਈ ਹੋਮ ਤੱਕ। ਇਸ ਦਰਮਿਆਨ ਬਸ ਕੋਈ ਸਾਡਾ ਇਹ ਨਹੀਂ, ਬਹੁਤ ਸਾਰੇ ਲੋਕਾਂ ਨੇ ਪੁੱਛਣਾ ਯਾਰ ਪਤਾ ਨਹੀਂ ਹਰਭਜਨ ਮਾਨ ਅਤੇ ਹਰਭਜਨ ਮਨਮੋਹਨ ਸਿੰਘ ਹੋਰਾਂ ਦੀ ਕੋਈ ਲੜਾਈ ਹੋ ਗਈ ਆ, ਕੋਈ ਇਹ ਹੋ ਗਿਆ ਉਹ ਹੋ ਗਿਆ, ਕਦੇ ਵੀ ਨਹੀਂ। ਮੈਂ ਕੋਈ ਐਸਾ ਦੂਜਾ ਤੀਜਾ ਮਹੀਨਾ ਨਹੀਂ ਹੁੰਦਾ ਪਿਛਲੇ 10 ਸਾਲਾਂ ਵਿੱਚ ਜਦ ਮੈਂ ਸਰਸੇ ਉਹਨਾਂ ਦੀ ਉੱਥੇ ਜੱਦੀ ਜ਼ਮੀਨ ਹੈ ਉੱਥੇ ਰਹਿਣ ਹੈ ਜਾਂ ਬੰਬੇ, ਕਦੇ ਮੈਂ ਮਨ ਜੀ ਕੋਲ ਜਾਇਆ ਗਿਆ ਨਾ ਹੋਵਾਂ ਘਰ ਉਹਨਾਂ ਕੋਲ ਰਹਿ ਕੇ ਨਾ ਆਇਆ ਹੋਵਾਂ। ਪਰ ਸਿਆਣੇ ਕਹਿੰਦੇ ਹਰ ਗੱਲ ਇੱਕ ਸਬੱਬ ਦੀ ਹੈ, ਇੱਕ ਟਾਈਮ ਦੀ ਹੈ। ਜਦੋਂ ਤੁਸੀਂ ਇਕੱਠਿਆਂ ਹੋਣਾ, ਕੋਈ ਕੰਮ ਕਰਨਾ, ਕਿਤੇ ਜਾਣਾ, ਅਨਜਲ ਹੈ ਜਦੋਂ ਉਹ ਉਦੋਂ ਹੀ ਹੁੰਦਾ ਜੀ। ਵਾਹ ਜੀ ਵਾਹ। ਅਤੇ ਇਹ ਕਿਸ ਵਿਸ਼ੇ ਨੂੰ ਲੈ ਕੇ ਫਿਲਮ ਬਣਾਈ ਜਾ ਰਹੀ ਹੈ, ਥੋੜ੍ਹਾ ਜਿਹਾ ਪਬਲਿਕ ਨੂੰ ਦੱਸਣਾ ਚਾਹੋਗੇ? ਮਨਮੋਹਨ ਸਿੰਘ ਹੋਰਾਂ ਦੀਆਂ ਫਿਲਮਾਂ ਹਮੇਸ਼ਾ ਹੀ ਜਿਹੜੀਆਂ ਪੰਜਾਬੀਆਂ ਦੀ ਅਸਲ ਜ਼ਿੰਦਗੀ ਹੈ ਉਹਦੇ ਨੇੜੇ ਹੁੰਦੀਆਂ। ਤੋ ਇਹ ਵੀ ਇੱਕ ਫਿਲਮ ਹੈ ਜਿਹਦੇ ਵਿੱਚ ਦੇਖੋ ਅਸੀਂ ਜੋ ਸਾਡਾ ਇੱਕ ਜੀਵਨ ਹੈ, ਸਾਡੀ ਦਿਨ ਦੀ ਸ਼ੁਰੂਆਤ ਹੁੰਦੀ ਹੈ ਸਵੇਰਿਓਂ, ਅਸੀਂ ਸਵੇਰ ਤੋਂ ਲੈ ਕੇ ਸੌਣ ਤੱਕ ਸਾਰਾ ਦਿਨ ਅਸੀਂ ਰੋਂਦੇ ਨਹੀਂ, ਸਾਰਾ ਦਿਨ ਅਸੀਂ ਹੱਸਦੇ ਨਹੀਂ। ਤੋ ਅਲੱਗ ਅਲੱਗ ਸਾਡੇ ਜਿਹੜੇ ਜ਼ਿੰਦਗੀ ਦੇ ਰੰਗ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਵੀ ਇਨਸਾਨ ਗੁਜ਼ਰਦਾ, ਤੋ ਉਸ ਤਰ੍ਹਾਂ ਦੇ ਮੂਡ ਅਲੱਗ ਅਲੱਗ ਨੂੰ ਲੈ ਕੇ, ਲੇਕਿਨ ਅੱਜ ਦੇ ਮੌਜੂਦਾ ਜੋ ਪੰਜਾਬ ਆ ਉਸ ਦੀ ਇਹ ਫਿਲਮ ਹੈ। ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿੰਨੇ ਤੁਹਾਡੇ ਸਰੋਤਾਂ ਨੇ, ਤੁਹਾਡੇ ਫੈਨਸ ਨੇ, ਉਹਨਾਂ ਨੂੰ ਇੱਕ ਉਮੀਦ ਆ ਤੁਹਾਡੇ ਕੋਲ ਇੱਕ ਸਤਰੰਗੀ ਪੀਂਘ ਦੀ, ਕੀ ਉਹ ਆ ਰਹੀ ਹੈ, ਉਹਦਾ ਪਾਰਟ 4 ਆ ਰਿਹਾ? ਸਤਰੰਗੀ ਪੀਂਘ ਕਰਾਂਗੇ ਇਹ ਪੱਕਾ ਗਾ, ਕਿ ਫੈਨਸ ਨੂੰ ਅਸੀਂ ਪਿਛਲੇ ਵਾਰ ਜਿੰਨਾ ਗੈਪ ਨਹੀਂ ਪਾਵਾਂਗੇ, ਬਟ ਡੈਫਨਲੀ ਬਾਏ 2019 ਇਹ ਫਿਲਮ ਤੋਂ ਫਰੀ ਜ਼ਿਆਦਾ ਫਿਲਮ ਰਿਲੀਜ਼ ਹੋ ਗਈ, ਉਦੋਂ ਬਾਅਦ ਸਤਰੰਗੀ 4 ਜਿਹੜੀ ਉਹ ਜ਼ਰੂਰ ਦੋਨੋਂ ਪੂਰਾ ਕਰਾਂਗੇ ਜੀ। ਮਾਨ ਸਾਹਿਬ, ਬੋਲੀਵੁੱਡ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਕੌਮੇਡੀ ਚੱਲ ਰਹੀ ਆ, ਕੌਮੇਡੀ ਦਾ ਦੌਰ ਚੱਲ ਰਿਹਾ, ਤੁਸੀਂ ਇੱਕ ਸੰਜੀਦਾ ਫਿਲਮ ਬਣਾਉਂਦੇ ਹੋ, ਬੜੀ ਇੱਕ ਫੁੱਲ ਪੈਕੇਜ ਹੁੰਦਾ ਵਾ, ਕੀ ਉਹ ਹਿੱਟ ਹੋਏਗੀ ਜਾਂ ਕਿੰਨਾ ਕੁ ਉਹਦੇ ਵਿੱਚ ਸੰਘਰਸ਼ ਕਰਨਾ ਪੈਂਦਾ? ਨਹੀਂ, ਫਿਲਮ ਜਿਹੜੀ ਹੈ ਕਿ ਮੈਂ ਸਮਝਦਾ ਕਿ ਜਦੋਂ ਬੈਲੈਂਸ ਫਿਲਮ ਹੁੰਦੀ ਹੈ ਨਾ ਜੀ, ਕਿ ਉਹਦੇ ਵਿੱਚ ਹਾਸਾ ਵੀ ਹੋਣਾ ਚਾਹੀਦਾ, ਹਾਸਾ ਮਜ਼ਾਕ ਪੰਜਾਬੀਆਂ ਦਾ, ਪੰਜਾਬੀ ਦਾ ਆਪਣੇ ਆਪ 'ਤੇ ਹੱਸਦੇ ਆ ਯਾਰ, ਅਤੇ ਕਿਉਂ ਨਹੀਂ ਉਹ ਮਤਲਬ ਉਹਨਾਂ ਤੋਂ ਤੁਸੀਂ ਜਿਹੜਾ ਕਾਮੇਡੀ ਉਹ ਅਲੱਗ ਕਿਵੇਂ ਕਰ ਸਕਦੇ ਹੋ। ਸੋ ਕਾਮੇਡੀ ਜ਼ਰੂਰੀ ਆ, ਪਰ ਨਾਲ ਦੀ ਨਾਲ ਇਹ ਹੈ ਕਿ ਪੰਜਾਬੀਆਂ ਦਾ ਜਿਹੜਾ ਰੰਗ ਆ, ਜਿਹੜਾ ਜੀਵਨ ਜਾਂਚ ਆ ਉਹਨਾਂ ਦੀ, ਉਹ ਸਹੀ ਫੜਨੀ ਬਹੁਤ ਜ਼ਰੂਰੀ ਹੈ ਜੀ। ਮਾਨ ਸਾਹਿਬ, ਜਿਵੇਂ ਤੁਸੀਂ ਗਾਇਕ ਹੋ, ਸਿੰਗਰ ਹੋ, ਲਾਈਕ ਮਨ ਜੀ ਨੂੰ ਕਿੰਨਾ ਕੁ ਵਿਸ਼ਵਾਸ ਸੀ ਤੁਹਾਡੇ 'ਤੇ ਕਿ ਤੁਸੀਂ ਉਹ ਜੀ ਆਇਆਂ ਨੂੰ ਫਿਲਮ ਬਾਖੂਬੀ ਨਿਭਾ ਪਾਓਗੇ? ਆਈ ਥਿੰਕ ਬਹੁਤ ਵੱਡੀ ਜਿਹੜੀ ਮਨ ਜੀ ਨੇ ਮੇਰੇ ਵਿੱਚ ਦੇਖੀ ਜਾਂ ਮੈਂ ਉਹਨਾਂ ਵਿੱਚ ਦੇਖੀ ਕਿ ਜਦੋਂ ਕਿਸੇ ਕੰਮ ਨੂੰ ਕਰਨ ਤੁਰ ਗਏ ਤਾਂ ਉਹ ਕੰਮ ਪ੍ਰਤੀ ਤੁਹਾਡੀ ਕਮਿਟਮੈਂਟ ਕਿੰਨੀ ਕੁ, ਜਦੋਂ ਤੁਹਾਡੀ ਉਹ ਕਮਿਟਮੈਂਟ ਆ ਜਿਹੜੀ ਉਹ ਦਿਲ ਤੋਂ ਹੋਊਗੀ ਅਤੇ ਤੁਸੀਂ ਉਹ ਇੱਕ ਚੀਜ਼ ਨੂੰ ਆਪਦਾ ਉਸ ਵਕਤ ਆਪਦੀ ਉਸ ਜ਼ਿੰਦਗੀ ਦਾ ਉਸ ਵਕਤ ਇੱਕ ਮਕਸਦ ਬਣਾ ਲੈਂਦੇ ਹੋ ਨਾ, ਅਤੇ ਫਿਰ ਮਕਸਦ ਬਣਾ ਕੇ ਕੀਤੇ ਕੰਮ ਮੇਰਾ ਖਿਆਲ ਹੈ ਕਿ ਬਹੁਤ ਘੱਟ ਆ ਜਿਹੜਾ ਕਿ ਪਰਮਾਤਮਾ ਉਹਨਾਂ ਨੂੰ ਭਾਗ ਨਹੀਂ ਲਾਉਂਦਾ ਜੀ।
ਮਾਨ ਸਾਹਿਬ ਸਾਡਾ ਨਾ ਹਰ ਰੋਜ਼ ਡੇਲੀ ਡੋਜ਼ ਪ੍ਰੋਗਰਾਮ ਚੱਲਦਾ, ਅਸੀਂ ਫੋਰਨ ਤੋਂ ਸਾਨੂੰ ਫੋਨ ਕਾਲਸ ਆਉਂਦੇ ਨੇ, ਅਮੈਰੀਕਾ ਤੋਂ ਆਉਂਦੇ ਨੇ, ਲੰਡਨ ਤੋਂ ਆਉਂਦੇ ਨੇ, ਯੂਰਪ ਤੋਂ ਆਉਂਦੇ ਨੇ, ਉਹ ਮੈਨੂੰ ਕਹਿੰਦੇ ਆ ਕਿ ਜਦੋਂ ਵੀ ਤੁਹਾਨੂੰ ਹਰਭਜਨ ਮਾਨ ਜੀ ਮਿਲਣ ਨਾ ਉਹਨਾਂ ਤੋਂ ਇੱਕ ਵਾਰ ਗਾਣਾ ਜ਼ਰੂਰ ਗਵਾਇਓ ਕੰਗਣ ਦਾ, ਇੱਕ ਵਾਰ ਹੋ ਜਾਵੇ ਸਾਡੇ ਸਰੋਤਿਆਂ ਲਈ। ਹੋ ਕੱਚੇ ਕੱਚ ਦੇ ਕੰਗਣ ਬਾਹੀ, ਓਏ ਕੱਚੇ ਕੱਚ ਦੇ ਕੰਗਣ ਬਾਹੀ, ਪਾਇਆ ਨਾ ਕਰੋ ਓਏ ਪਾਇਆ ਨਾ ਕਰੋ, ਟੁੱਟ ਜਾਣਗੇ ਜੀ ਬਹੁਤਾ ਛਿਣਕਾਇਆ ਨਾ ਕਰੋ, ਕੱਚੇ ਕੱਚ ਦੇ ਕੰਗਣ ਬਾਹੀ। ਅਤੇ ਦੋਸਤੋ ਅੱਜ ਦੇ ਟਕ ਟਕ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਤੇ ਮੈਨੂੰ ਦਿਓ ਇਜਾਜ਼ਤ, ਅਤੇ ਅਗਲੀ ਵਾਰ ਫਿਰ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ।